ਅਕਸਰ ਤੁਸੀਂ ਕੱਪੜਿਆਂ ਤੇ ਸੇਲ ਲੱਗਦੀ ਦੇਖੀ ਹੋਏਗੀ ਅੱਜ ਵੀਜ਼ਾ ਦੇ ਸੇਲ ਆਈ ਜਾ ਰਹੀ ਹੈ ਆਸਟ੍ਰੇਲੀਆ ਜਾਣ ਵਾਲੇ ਬੱਚੇ ਜਿਨ੍ਹਾਂ ਨੂੰ ਪੈਸਿਆਂ ਦੁੱਖੋਂ ਨਹੀਂ ਸੀ ਬਾਹਰ ਜਾਂਦੇ ਆਸਟ੍ਰੇਲੀਆ ਦੀ ਡੀ ਕਰਦੇ ਸੀ ਬਹੁਤ ਸਾਰੇ ਲੋਕ ਪਿਛਲੇ 2 ਸਾਲ ਤੋਂ ਕਿਉਂ ਜਾਂਦੇ ਆ ਅਸੀਂ ਆਸਟ੍ਰੇਲੀਆ ਕਿਉਂਕਿ ਆਸਟ੍ਰੇਲੀਆ ਜਾਣ ਲੱਗਿਆਂ ਡੀਆਈਸੀ ਨਹੀਂ ਚਾਹੀਦਾ ਆਸਟ੍ਰੇਲੀਆ ਜਾਣ ਲੱਗਿਆਂ ਸਾਲ ਦੀ ਫੀਸ ਨਹੀਂ ਭਰਨੀ ਪੈਂਦੀ ਮਹਿਜ਼ 5-6000 ਡਾਲਰ ਤਾਰ ਕੇ ਤੁਸੀਂ ਆਸਟ੍ਰੇਲੀਆ ਦੇ ਕਾਲਜ ਦੇ ਵਿੱਚ ਪੜ੍ਹ ਸਕਦੇ ਜੀ ਅਕਸਰ ਜਿਹੜੇ ਲੋਕ ਆਸਟ੍ਰੇਲੀਆ ਜਾਂਦੇ ਉਹਨਾਂ ਦਾ ਪੜ੍ਹਾਈ ਦਾ ਬਜਟ ਬਹੁਤ ਘੱਟ ਹੁੰਦਾ ਵਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ 3 ਲੱਖ ਰੁਪਏ ਦਾ ਆਫਰ ਲਿਆਏ ਆ ਕਿ ਸਿਰਫ 6000 ਡਾਲਰ ਫੀਸ ਹੈ ਕਾਲਜ ਦੀ ਔਰ ਇਹ ਫੀਸ ਵੀਜ਼ਾ ਲੱਕਣ ਤੋਂ ਬਾਅਦ ਦੇਣੀ ਹੈ ਤੁਸੀਂ ਆਸਟ੍ਰੇਲੀਆ ਦੀ ਬਾਅਦ ਜਿੱਦਾਂ ਹੀ ਘਰੋਂ ਕੱਢਦੇ ਆ 18 ਲੱਖ 20 ਲੱਖ ਰੁਪਈਆ ਨਜ਼ਰ ਆਂਦਾ ਕਿ ਇੰਨੇ ਪੈਸੇ ਹੋਣਗੇ ਤਾਂ ਜਾਵਾਂਗੇ 6000 ਡਾਲਰ ਜੋ ਕਿ ਤੁਹਾਡੀ 6 ਮਹੀਨੇ ਦੀ ਪੜ੍ਹਾਈ ਦੀ ਫੀਸ ਹੈ ਔਰੇ ਪੀਸ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਤਰਨੀ ਹੈ ਸਾਲ 2020-2021 ਚ ਜਿਹਨਾਂ ਬੱਚਿਆਂ ਨੇ 12ਵੀਂ ਕੀਤੀ ਹੈ ਉਹ ਪੋਜ਼ਿਟਿਵ ਪ੍ਰੋਫਾਈਲ ਦੇ ਬੱਚੇ ਨੇ ਜੇਕਰ ਤੁਸੀਂ ਸਾਲ 2020-21 ਦੇ ਵਿੱਚ ਪੜ੍ਹਾਈ ਖਤਮ ਕੀਤੀ ਹੈ ਔਰ ਤੁਹਾਡੇ ਪੜ੍ਹਾਈ ਦੇ ਵਿੱਚ 50-60% ਨੰਬਰ ਹੈ ਤੇ ਤੁਸੀਂ ਵੀਜ਼ੇ ਦੇ ਹੱਕਦਾਰ ਹੈਗੇ ਜੀ ਜਿੱਥੇ ਤੱਕ IELTS ਦੀ ਗੱਲ ਹੈ 5.5-6 ਬੈਂਡ ਚਾਹੀਦੇ ਹੁੰਦੇ ਆ ਅੱਜਕੱਲੇ 6 ਬੈਂਡ ਹਰ ਬੱਚਾ ਲੈ ਲੈਂਦਾ ਜਿੰਨਾ ਕੋਲ 6 ਬੈਂਡ ਨਹੀਂ ਲੈ ਹੋ ਰਹੇ ਉਹ ਪੀਟੀ ਦੇ ਵਿੱਚ 50 52 ਨੰਬਰ ਲੈ ਸਕਦੇ ਨੇ ਸਿਰਫ ਔਰ ਸਿਰਫ 6000 ਡਾਲਰ ਲੱਗਣਾ ਹੈ ਤੁਹਾਡਾ ਸਾਲ ਦੀ ਫੀਸ ਭਰਣੀ ਪੈਂਦੀ ਹੈ ਜੇ ਕੈਨੇਡਾ ਜਾਣਾ ਹੋਵੇ 10200 ਡਾਲਰ ਜੀਆਈਸੀ ਤਾਰਨਾ ਪੈਂਦਾ ਤਿੰਨ ਤਿੰਨ ਚਾਰ ਚਾਰ ਮਹੀਨੇ ਲਾ ਕੇ ਸਾਨੂੰ ਬਾਇਓਮੈਟ੍ਰਿਕ ਦੀ ਅਪਾਇੰਟਮੈਂਟਾਂ ਮਿਲਦੀਆਂ ਉਹਦੇ ਕੰਪੈਰੀਟਿਵਲੀ ਆਸਟ੍ਰੇਲੀਆ ਦੇ ਵਿੱਚ ਨਾ ਅਸੀਂ ਜੀਆਈਸੀ ਤਾਰਦੇ ਆਂ ਨਾ ਕਾਲਜ ਦੀ ਫੀਸ ਕਾਲਜ ਦੀ ਫੀਸ ਯੂਨੀਵਰਸਿਟੀ ਦੀ ਕੋਈ ਫੀਸ ਨਹੀਂ ਤਰਾਵਾਂਗੇ ਔਰ 15 ਲੱਖ 20 ਲੱਖ ਰੁਪਇਆ ਫੀਸ ਨਹੀਂ ਹੋਏਗੀ ਫੀਸ ਹੋਏਗੀ 6000 ਡਾਲਰ ਜੋ ਕਿ ਬੜਦਾ 3 ਲੱਖ ਰੁਪਇਆ ਔਰ ਇਹ ਪੈਸੇ ਕਦੋਂ ਦੇਣੇ ਆ ਜਿਸ ਦਿਨ ਤੁਹਾਡਾ ਵੀਜ਼ਾ ਲੱਗੇਗਾ ਕਿੰਨੇ ਦਿਨ ਲੱਗਦੇ ਆ ਸਾਰੇ ਕਾਰੋਬਾਰ ਨੂੰ 15 ਤੋਂ 20 ਦਿਨ ਲੱਗਦੇ ਆ ਜੇ ਮੈਸੀ ਚ ਜਦੋਂ ਫਾਈਲ ਪਹੁੰਚਾਣੇ ਆ 2 ਦਿਨ ਚ ਤੁਹਾਡਾ ਆਫਰ ਲੈਟਰ ਆਣਾ ਹੈ 3 ਦਿਨ ਚ ਤੁਹਾਡਾ ਜੀਟੀ ਕਲੀਅਰ ਹੋ ਜਾਣਾ ਜੀ ਹਾਂ ਜੀਟੀ ਕਲੀਅਰ ਕਰਨਾ ਪਏਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਤੁਸੀਂ ਕਿਸ ਕਾਲਜ ਯੂਨੀਵਰਸਿਟੀ ਦੇ ਵਿੱਚ ਪੜਨ ਲਈ ਜਾ ਰਹੇ ਹੋ ਤੁਸੀਂ ਸਟੇਟਮੈਂਟ ਆਫ ਪਰਪਸ ਆਪਦਾ ਆਪ ਲਿਖ ਕੇ ਦੇਣਾ ਹੈ ਤੁਹਾਡੇ ਮਾਤਾ ਪਿਤਾ ਜੋ ਕੰਮ ਕਰਦੇ ਉਹਦੀ ਇਨਕਮ ਦੇ ਤੁਸੀਂ ਪ੍ਰੂਫ ਦੇਣੇ ਆ ਸਾਨੂੰ ਇੱਕ ਸਾਲ ਦਾ ਰੋਟੀ ਪਾਣੀ ਦਾ ਖਰਚਾ ਜੋ ਕਿ 12 ਤੋਂ 15 ਲੱਖ ਰੁਪਈਆ ਮੰਨਿਆ ਜਾਂਦਾ ਐ ਇੰਨੇ ਕੁ ਪੈਸੇ ਤੁਸੀਂ ਕਾਊਂਟ 'ਚ ਜਮ੍ਹਾਂ ਕਰਾ ਕੇ ਦੇਣੇ ਆ ਨਵੇਂ ਫੰਡ ਵੀ ਚੱਲ ਜਾਣਗੇ ਤੁਹਾਡੇ ਆਪ ਦੇ ਵੀ ਚੱਲ ਜਾਣਗੇ ਕਿਸੇ ਰਿਸ਼ਤੇਦਾਰ ਭੈਣ ਭਰਾ ਦੇ ਫੰਡ ਆ ਉਹ ਵੀ ਚੱਲ ਜਾਣਗੇ ਦਾਖਲਾ ਮੈਲਬਨ ਦੇ ਵਿੱਚ ਹੋਏਗਾ ਸਿਡਨੀ 'ਚ ਹੋਏਗਾ ਜਾਂ ਬ੍ਰਿਸਬਨ 'ਚ ਹੋਏਗਾ ਤੁਹਾਨੂੰ ਤੁਹਾਡਾ ਮਨਪਸੰਦ ਪੜਾਈ ਦਾ ਕੋਰਸ ਦਿੱਤਾ ਜਾਏਗਾ ਔਰ ਪੈਸੇ 3 ਲੱਖ ਰੁਪਈਆ ਦਿੱਤਾ ਜਾਏਗਾ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ 6000 ਡਾਲਰ ਜੋ ਕਿ 30 ਲੱਖ ਰੁਪਈਆ ਬਣਦਾ ਹੈ ਫੀਸ ਤੁਸੀਂ ਕਾਲਜ ਨੂੰ ਟਰਾਂਸਫਰ ਕਰਨੀ ਹੈ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਆਂ ਇਹ ਆਫਰ ਸਿਰਫ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦੀ ਪੜ੍ਹਾਈ ਦੇ ਵਿੱਚ ਗੈਪ ਨਹੀਂ ਹੈਗਾ ਇਹ ਉਹਨਾਂ ਬੱਚਿਆਂ ਲਈ ਹੈ ਜਿਹੜੇ ਬੱਚੇ ਪੈਸਿਆਂ ਤੋਂ ਖੋ ਤੰਗ ਨੇ ਅਸੀਂ ਤੁਹਾਡੀ ਖੁਆਇਸ਼ ਪੂਰੀ ਕਰਾਂਗੇ ਅੱਜ ਆਸਟ੍ਰੇਲੀਆ ਜਾਣ ਵਾਲਾ ਬੱਚਾ ਅਲੀਕਦਾ ਵਾ ਕਦੋਂ ਬਾਰਡਰ ਖੁੱਲਣਗੇ ਬਾਰਡਰ ਖੁੱਲ ਚੁੱਕੇ ਆ ਫਲਾਈਟਾਂ ਉਤਰ ਚੁੱਕੀਆਂ ਕੈਨੇਡੀਅਨ ਸਰਕਾਰ ਵੱਲੋਂ ਜਿੱਥੇ ਰਿਫਿਊਜ਼ਾਂ ਦਿੱਤੀਆਂ ਜਾ ਰਹੀਆਂ ਉੱਥੇ ਅੱਜ ਆਸਟ੍ਰੇਲੀਆ ਵੱਲੋਂ ਤੁਹਾਨੂੰ ਵੈਲਕਮ ਕੀਤਾ ਜਾ ਰਿਹਾ ਤੁਹਾਡਾ ਵੀਜ਼ਾ ਕੈਨੇਡਾ ਤੋਂ ਦੋ ਚਾਰ ਵਾਰੀ ਰਿਫਿਊਜ਼ ਹੋ ਚੁੱਕਾ ਵਾ ਹਜੇ ਨਾ ਅਪਲਾਈ ਕਰਿਓ ਹਜੇ ਕੁਝ ਨਹੀਂ ਪੜਨਦਾ ਤੁਹਾਡਾ ਅਜੇ ਕਿਹਾ ਜਾ ਰਿਹਾ ਤੁਸੀਂ ਵਾਪਸ ਨਹੀਂ ਆਣਾ ਔਰ ਆਸਟ੍ਰੇਲੀਆ ਵੱਲੋਂ ਵਾਜਾ ਮਾਰ ਕੇ ਬੁਲਾਇਆ ਜਾ ਰਿਹਾ ਕਿ ਆਜੋ ਭਾਈ ਆਜੋ ਸਾਡੇ ਇਥੇ ਸਕਿੱਲ ਸ਼ੋਰਟੇਜ ਹੈ ਸਾਡੇ ਕੋਲ ਬੰਦੇ ਨਹੀਂ ਹੈ ਕੰਮ ਕਰਨ ਲਈ ਆਲਸਟ੍ਰੇਲੀਆ ਦੇ ਇੱਕ ਨਿਊਜ਼ ਚੈਨਲ ਦੀ ਮੈਂ ਵੀਡੀਓ ਦੇਖ ਰਿਹਾ ਸੀ 7 ਨਿਊਜ਼ ਆਸਟ੍ਰੇਲੀਆ ਇੱਕ ਨਿਊਜ਼ ਚੈਨਲ ਹੈ ਜਿਹਦੇ ਉੱਤੇ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਕਿਸੇ ਰਿਪੋਰਟਰ ਵੱਲੋਂ ਕਿ ਕਿੰਨੀ ਕਿ ਜ਼ਿਆਦਾ ਲੋਡ ਹੈ ਇਸ ਟਾਈਮ ਇੰਟਰਨੈਸ਼ਨਲ ਸਟੂਡੈਂਟ ਦੇ ਉਹਨਾਂ ਨੂੰ ਅੱਜ ਕਾਰੋਬਾਰ ਯੂਨੀਵਰਸਟੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਸਟੂਡੈਂਟ ਦੀ ਬਹੁਤ ਜ਼ਿਆਦਾ ਸ਼ਮਲੀਅਤ ਹੁੰਦੀ ਹੈ ਸਟੂਡੈਂਟ ਦੀ ਸ਼ਮਲੀਅਤ ਦੇ ਨਾਲ ਹੀ ਕੇਮ ਚੱਲਦੀ ਹੈ ਸਟੂਡੈਂਟ ਘੱਟ ਪੈਸੇ ਤੇ ਕੰਮ ਕਰ ਲੈਂਦਾ ਹੈ ਸਟੂਡੈਂਟ ਦੋ ਟਾਈਮ ਰੋਟੀ ਖਾ ਕੇ ਸੋ ਜਾਂਦਾ ਹੈ ਆਪਣੇ ਮਾਪੇ ਆਪ ਬਾਰੇ ਸੋਚਦਾ ਤੁਸੀਂ ਵੀ ਆਪਣੇ ਮਾਪੇ ਦਾ ਸਿਰ ਉੱਚਾ ਕਰਨਾ ਚਾਹੁੰਦੇ ਹੋ ਤੁਹਾਨੂੰ ਵੀ ਪੈਸਿਆਂ ਦੀ ਜ਼ਰੂਰਤ ਹੈ ऑस्ट्रेलिया ਕਿਹੋ ਜਿਹਾ ਮੁਲਕ ਹੈ ਜਿੱਥੇ ਪੜ੍ਹਾਈ ਦੇ ਨਾਲ 2.5 ਲੱਖ ਰੁਪਏ ਤੁਸੀਂ ਕਮਾ ਲੋਗੇ ਤੁਹਾਡੇ ਬੱਚੇ ਨੇ 12ਵੀਂ ਕਰ ਲਈ ਹੈ ਤੁਸੀਂ ਉਹਨੂੰ ਕਿਸੇ ਜਗ੍ਹਾ ਭੇਜਣਾ ਚਾਹਦੇ ਜੇ ਸਭ ਤੋਂ ਪਹਿਲਾਂ ਦੇਖਿਓ ਪੈਸੇ ਕਿੰਨੇ ਵਧਣਗੇ ਉਹਦੇ ਕਿਉਂ ਬਾਹਰ ਜਾਣੇ ਅਸੀਂ ਚੰਗੀ ਸਿੱਖਿਆ ਲਈ ਜਾਣੇ ਆ ਬੱਚੇ ਦੇ ਚੰਗੇ ਭੋਖ ਲਈ ਜਾਣੇ ਆ ਉਹ ਇੱਕ ਤਾਂ ਬਾਅਦ ਚੋਂ ਬੰਨਾ ਸੀ ਆਪ ਦਾ ਭੋਖੋ ਤੋਂ ਖਰਾਬ ਕਰ ਲੈਂਦੇ ਆ ਜਦੋਂ ਰਕਮ ਹੀ ਬਹੁਤ ਜ਼ਿਆਦਾ ਲੱਗ ਜਾਂਦੀ ਹੈ ਕ੍ਰੀਡਾ ਕੋ ਮਹਾਰੀ ਕੰਟਰੀ ਨਹੀਂ ਆ ਬਟ ਹਰ ਮਾਪਾਪ 20 ਲੱਖ ਰੁਪਏ ਫੋਰਡ ਨਹੀਂ ਕਰ ਸਕਦਾ ਅੱਜ ਘੱਟ ਪੈਸਿਆਂ ਦੇ ਵਿੱਚ ਭੇਜਦੇ ਪਿਆ ਸਪੈਸ਼ਲੀ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਬੱਚੇ ਰਹਿੰਦੇ ਨੇ ਉਹਨਾਂ ਦੇ ਕੋਲ ਇੱਕ ਇੱਕ ਦੋ ਦੋ ਕਿੱਲੇ ਪੈ ਲਈ ਆ ਮੈਂ ਅਕਸਰ ਅੰਮ੍ਰਿਤਸਰ ਦਫ਼ਤਰ 'ਚ ਜਦੋਂ ਜਾਂਦਾ ਲੋਕਾਂ ਨੂੰ ਦੇਖਦਾ ਲੋਕ ਮਜਬੂਰ ਨੇ ਅੱਜ ਖੇਤੀ ਤੋਂ ਘਰ ਨਹੀਂ ਚੱਲਦੇ ਪਏ ਲੋਕਾਂ ਦੇ ਲੋਕ ਮਜਬੂਰ ਹੋ ਚੁੱਕੇ ਆ ਬਾਹਰਲੇ ਮੁਲਕਾਂ 'ਚ ਜਾ ਕੇ ਮਿਹਨਤ ਕਰਨ ਨੂੰ ਜੇ ਤੁਸੀਂ ਵੀ ਕਿਸੇ ਤਰ੍ਹਾਂ ਦੇ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਕਿਸ ਤਰ੍ਹਾਂ ਦੇ ਡੀਕਦੇ ਸੀ ਵੀ ਕਦੋਂ ਖੁੱਲੇਗਾ ਆਸਟ੍ਰੇਲੀਆ ਤੇ ਤੁਹਾਡੇ ਲਈ ਗੁੱਡ ਨਿਊਜ਼ ਹੈ ਅਪਲਾਈ ਕਰੋ ਤੁਹਾਡੇ ਕੋਲੋਂ 3 ਲੱਖ ਰੁਪਏ ਫੀਸ ਭਰਾਈ ਜਾਏਗੀ ਜੋ 6000 ਡਾਲਰ ਬਣਦਾ ਹੈ ਉਹ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਜਿੰਨੀ ਜਲਦੀ ਹੁੰਦਾ ਵਾ ਸਾਡੀ ਟੀਮ ਨਾਲ ਸੰਪਰਕ ਕਰੋ ਜਲੰਧਰ ਦਾ ਸਾਡਾ ਦਫ਼ਤਰ ਹੈ ਅਮ੍ਰਿਤਸਰ ਚੰਡੀਗੜ੍ਹ ਮੁਹਾਲੀ ਕਿਸੇ ਵੀ ਸ਼ਹਿਰ ਦੇ ਵਿੱਚ ਬਿਲ ਕੇ ਸਾਡੀ ਟੀਮ ਮੈਂ ਅਮਰਨਾ ਸਮਝੋ ਜੇ ਤੁਹਾਡਾ 2018-19 ਦਾ ਪਾਸ ਆਊਟ ਹੋ ਤੁਹਾਡੇ ਵੀਜ਼ੇ ਦੇ ਚਾਂਸ ਘਟ ਜੇ ਅੱਜ ਕੁਆਲਟੀ ਐਪਲੀਕੇਸ਼ਨ ਨੂੰ ਵੀਜ਼ਾ ਮਿਲਦਾ ਪਿਆ ਔਰ 15 ਤੋਂ 20 ਦਿਨਾਂ ਦੇ ਵਿੱਚ ਵੀਜ਼ਾ ਮਿਲਦਾ ਪਿਆ 2020 ਕੀਚ ਪਾਸ ਆਊਟ ਹੋ ਤੁਹਾਨੂੰ ਖੁੱਲਾ ਸਦਾ ਆਓ ਘੱਟ ਪੈਸਿਆਂ ਦੇ ਵਿੱਚ ਤੁਹਾਡਾ ਵੀਜ਼ਾ ਅਪਲਾਈ ਕਰਾਈਏ ਤਾਂ ਜੋ ਤੁਸੀਂ ਵੀ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਪਾਓ ਇੱਕ ਵਾਰ ਫਿਰ ਮਿਲਦੇ ਹਾਂ ਕੱਲ ਸਵੇਰੇ ਦਿਲਿੰਦਰ ਲੁਧਿਆਣਾ ਅੰਮ੍ਰਿਤਸਰ ਕਿਸੇ ਵੀ ਦਫ਼ਤਰ 'ਚ ਤੁਸੀਂ ਮਿਲਣਾ ਚਾਹੁੰਦੇ ਹੋ ਕਾਲ ਕਰੋ ਔਰ ਅਪਾਇੰਟਮੈਂਟ ਬਣਾਓ ਧੰਨਵਾਦ